ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਬਾਣੀਆਂ ਦਾ ਸਵੇਰ ਦਾ ਨਿਤਨੇਮ ਅਤੇ ਰਹਿਰਾ ਸਾਹਿਬ ਅਤੇ ਕੀਰਤਨ ਸੋਹਲੇ ਦਾ ਸ਼ਾਮ ਦਾ ਨਿਤਨੇਮ ਤਾਂ ਸਿੱਖ ਵਾਸਤੇ ਇੱਕ ਅਜਿਹਾ ਫਰਜ਼ ਹੈ ਜਿਸ ਵੱਲੋਂ ਉਹ ਕਦੇ ਵੀ ਅਵੇਸਲਾ ਨਹੀਂ ਹੋ ਸਕਦਾ। ਜਿਵੇਂ ਸਰੀਰ ਨੂੰ ਕਾਇਮ ਰੱਖਣ ਲਈ ਲਹੂ ਦੀ ਲੋੜ ਹੁੰਦੀ ਹੈ ਅਤੇ ਜਿਵੇਂ ਬੂਟੇ ਨੂੰ ਤਾਜ਼ਾ ਰੱਖਣ ਲਈ ਪਾਣੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਸਿੱਖ ਦੀ ਸਿੱਖੀ ਕਾਇਮ ਰੱਖਣ ਲਈ ਅਤੇ ਸਿੱਖ ਦੇ ਸਿੱਖੀ ਜਜ਼ਬੇ ਵਿੱਚ ਤਾਜ਼ਗੀ ਰੱਖਣ ਲਈ ਗੁਰੂ ਜੀ ਦੇ ਹੁਕਮ ਅਨੁਸਾਰ ਮੁੱਢਲੇ ਸੱਤ ਬਾਣੀਆਂ ਦੇ ਨਿਤਨੇਮ ਦੀ ਅੱਤ ਲਾਜ਼ਮੀ ਲੋੜ ਹੈ। ਕਈ ਸਿੱਖ ਪੁੱਛਦੇ ਹਨ ਕਿ ਜੇ ਉਹਨਾਂ ਪਾਸੋਂ ਕਦੇ ਨਿਤਨੇਮ ਕਰਨ ਵਿੱਚ ਢਿੱਲ ਹੋ ਜਾਵੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇਹ ਸਵਾਲ ਹੀ ਬਹੁਤ ਹੈਰਾਨੀ ਵਾਲਾ ਹੈ। ਕੀ ਕਦੇ ਕੋਈ ਇਹ ਸਵਾਲ ਕਰਦਾ ਹੈ ਕਿ ਜੇ ਉਹ ਪਾਣੀ ਨਾ ਪੀਵੇ ਤਾਂ ਕੀ ਹੋਵੇਗਾ, ਹੋਣਾ ਕੀ ਹੈ? ਲਗਾਤਾਰ ਪਾਣੀ ਨਾ ਪੀਣ ਨਾਲ ਮੌਤ ਹੋ ਜਾਵੇਗੀ। ਠੀਕ ਇਸੇ ਤਰ੍ਹਾਂ ਹੀ ਨਿਤਨੇਮ ਦਾ ਇੱਕ ਪਾਠ ਵੀ ਮਿਸ ਕਰਨ ਨਾਲ ਆਤਮਕ ਮੌਤ ਹੋ ਜਾਂਦੀ ਹੈ। ਸੋ ਭਾਈ, ਜੋ ਮਰਜ਼ੀ ਹੋ ਜਾਵੇ, ਕਦੇ ਵੀ ਨਿਤਨੇਮ ਕਰਨ ਵੱਲੋਂ ਢਿੱਲ ਨਹੀਂ ਕਰਨੀ ਚਾਹੀਦੀ। ਸਵੇਰ ਦਾ ਨਿਤਨੇਮ ਕੀਤੇ ਬਗੈਰ ਛੱਕਣਾ ਨਹੀਂ ਚਾਹੀਦਾ। 100 ਕੰਮ ਛੱਡ ਕੇ ਵੀ ਨਿਤਨੇਮ ਵਾਲਾ ਕੰਮ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।